ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਕਰੇਲੇ ਅਤੇ ਪਿਆਜ਼ ਦੀ ਬਹੁਤ ਹੀ ਚਟਪਟੀ ਅਤੇ ਟੇਸਟੀ ਸਬਜ਼ੀ। ਕਰੇਲਿਆਂ ਦੀ ਸਬਜ਼ੀ ਬਹੁਤ ਜ਼ਰਾ ਟੇਸਟੀ ਬਣ ਕੇ ਤਿਆਰ ਹੋਏਗੀ। ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਟੇਸਟੀ ਕਰੇਲੇ ਪਿਆਜ਼ ਦੀ ਸਬਜ਼ੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਕਰੇਲਿਆਂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 500 ਗ੍ਰਾਮ ਕਰੇਲੇ ਲਏ ਹਨ। ਕਰੇਲੇ ਕੁਝ ਵੱਡੇ ਕੁਝ ਛੋਟੇ ਹਨ ਕਿਉਂਕਿ ਹਲੇ ਮਾਰਕੀਟ ਵਿੱਚ ਇਸੇ ਤਰ੍ਹਾਂ ਦੇ ਹੀ ਕਰੇਲੇ ਆ ਰਹੇ ਹਨ। ਅਤੇ ਇਹਨਾਂ ਕਰੇਲਿਆਂ ਦਾ ਪਹਿਲਾਂ ਆਪਾਂ ਛਿਲਕਾ ਉਤਾਰ ਲਵਾਂਗੇ। ਕਰੇਲਿਆਂ ਦਾ ਛਿਲਕਾ ਹਲਕਾ ਹਲਕਾ ਉਤਾਰਾਂਗੇ, ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਾਫ਼ ਨਹੀਂ ਕਰਾਂਗੇ। ਤੁਸੀਂ ਚਾਹੋ ਤਾਂ ਛਿਲਕਾ ਉਤਾਰੇ ਬਿਨਾਂ ਵੀ ਕਰੇਲੇ ਨੂੰ ਬਣਾ ਸਕਦੇ ਹੋ। ਹੁਣ ਮੈਂ ਸਾਰੇ ਕਰੇਲਿਆਂ ਦੇ ਛਿਲਕੇ ਉਤਾਰ ਲਏ ਹਨ ਅਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਿਆ ਹੈ। ਅਤੇ ਹੁਣ ਆਪਾਂ ਕਰੇਲਿਆਂ ਦੀ ਕਟਿੰਗ ਕਰ ਲਵਾਂਗੇ। ਇੱਥੇ ਮੈਂ ਕਰੇਲੇ ਇਸ ਤਰੀਕੇ ਨਾਲ ਲੰਬੇ ਲੰਬੇ ਕੱਟ ਰਹੀ ਹਾਂ ਕਿਉਂਕਿ ਕਰੇਲੇ ਥੋੜ੍ਹੇ ਛੋਟੇ ਹਨ। ਜਿਹੜੇ ਕਰੇਲੇ ਛੋਟੇ ਹਨ ਉਹਨਾਂ ਦੇ ਮੈਂ 2 ਪੀਸ ਕਰ ਰਹੀ ਹਾਂ, ਜਿਹੜੇ ਕਰੇਲੇ ਵੱਡੇ ਹਨ ਉਹਨਾਂ ਦੇ ਮੈਂ 4 ਪੀਸ ਕਰ ਲਵਾਂਗੀ। ਕਰੇਲੇ ਇੱਕਦਮ ਲਹਿਰੇ ਇੱਕਦਮ ਸੌਫਟ ਹਨ, ਇਹਨਾਂ ਵਿੱਚ ਕੋਈ ਵੀ ਬੀਜ ਨਹੀਂ ਹੈਗਾ ਅਤੇ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਲੰਬੇ ਲੰਬੇ ਕੱਟ ਲਿਆ ਹੈ। ਹੁਣ ਮੈਂ ਸਾਰੇ ਕਰੇਲੇ ਇਸ ਤਰੀਕੇ ਨਾਲ ਕੱਟ ਕੇ ਰੱਖ ਲਏ ਹਨ। ਕਰੇਲਿਆਂ ਦੀ ਕੜਵਾਹਟ ਖਤਮ ਕਰਨ ਵਾਸਤੇ ਇਹਦੇ ਵਿੱਚ ਆਪਾਂ ਹਲਕਾ ਜਿਹਾ ਨਮਕ ਪਾ ਦੇਵਾਂਗੇ ਅਤੇ ਨਮਕ ਸਾਰੇ ਕਰੇਲਿਆਂ ਦੇ ਉੱਪਰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਸਪ੍ਰਿੰਕਲ ਕਰਾਂਗੇ। ਹਲਕੀ ਜਿਹੀ ਹਲਦੀ ਵੀ ਕਰੇਲਿਆਂ ਦੇ ਉੱਪਰ ਦੀ ਪਾ ਦੇਵਾਂਗੇ। ਹਲਦੀ ਪਾਉਣ ਨਾਲ ਕਰੇਲਿਆਂ ਦੀ ਕੁੜੱਤਨ ਜਿਹੜੀ ਹੈ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਇੱਕ ਵਾਰ ਨਮਕ ਅਤੇ ਹਲਦੀ ਨੂੰ ਚੰਗੀ ਤਰ੍ਹਾਂ ਨਾਲ ਕਰੇਲਿਆਂ ਨਾਲ ਮਿਕਸ ਕਰ ਦੇਵਾਂਗੇ ਤਾਂ ਕਿ ਸਾਰੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਹਲਦੀ ਅਤੇ ਨਮਕ ਲੱਗ ਜਾਵੇ। ਹੁਣ ਇਹਨਾਂ ਕਰੇਲਿਆਂ ਨੂੰ ਆਪਾਂ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਇਸ ਤਰੀਕੇ ਨਾਲ ਪੈ ਰਹਿਣ ਦੇਵਾਂਗੇ। ਕਰੇਲੇ ਪਿਆਂ ਨੂੰ 1 ਘੰਟਾ ਹੋ ਚੁੱਕਿਆ ਹੈ, ਤੁਸੀਂ ਦੇਖ ਸਕਦੇ ਹੋ ਕਰੇਲਿਆਂ ਨੇ ਕਾਫ਼ੀ ਜ਼ਿਆਦਾ ਪਾਣੀ ਛੱਡ ਦਿੱਤਾ ਹੈ। ਇਸ ਤਰੀਕੇ ਨਾਲ ਕਰੇਲਿਆਂ ਦੀ ਕੜਵਾਹਟ ਜਿਹੜੀ ਹੈ ਘੱਟ ਜਾਂਦੀ ਹੈ। ਅਤੇ ਹੁਣ ਇਹਨਾਂ ਕਰੇਲਿਆਂ ਨੂੰ ਆਪਾਂ ਹਲਕੇ ਹੱਥ ਨਾਲ ਨਿਚੋੜ ਕੇ ਦੂਸਰੀ ਪਲੇਟ ਦੇ ਵਿੱਚ ਰੱਖ ਲਵਾਂਗੇ। ਹੁਣ ਮੈਂ ਸਾਰੇ ਕਰੇਲੇ ਨਿਚੋੜ ਕੇ ਪਲੇਟ ਵਿੱਚ ਰੱਖ ਲਿਆ ਹਨ। ਹਲਕੇ ਹੱਥਾਂ ਨਾਲ ਨਿਚੋੜਿਆ ਹੈ, ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਕਰੇਲਿਆਂ ਨੇ ਛੱਡਿਆ ਹੈ। ਅਤੇ ਹੁਣ ਇਹਨਾਂ ਕਰੇਲਿਆਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ। ਹੁਣ ਮੈਂ ਗੈਸ ਦੇ ਉੱਪਰ ਇੱਕ ਕੜਾਹੀ ਰੱਖੀ ਹੈ, ਇਹਦੇ ਵਿੱਚ 4 ਤੋਂ 5 ਚਮਚ ਸਰ੍ਹੋਂ ਦਾ ਤੇਲ ਪਾਵਾਂਗੇ। ਤੇਲ ਨੂੰ ਹਲਕਾ ਜਿਹਾ ਗਰਮ ਕਰ ਲਵਾਂਗੇ। ਕਰੇਲਿਆਂ ਦੀ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਜ਼ਿਆਦਾ ਟੇਸਟੀ ਅਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈ। ਹੁਣ ਤੇਲ ਗਰਮ ਹੋ ਗਿਆ ਹੈ ਅਤੇ ਇਹਦੇ ਵਿੱਚ ਆਪਾਂ ਕੱਟੇ ਹੋਏ ਕਰੇਲੇ ਪਾ ਦੇਵਾਂਗੇ। ਤਾਂ ਕਰੇਲੇ ਨੂੰ ਆਪਾਂ ਇਸ ਤਰੀਕੇ ਨਾਲ ਹਿਲਾਉਂਦੇ ਹੋਏ ਗੋਲਾਈਟ ਜਾਂ ਗੋਲਡਨ ਹੋਣ ਤੱਕ ਫਰਾਈ ਕਰਨਾ ਹੈ। ਕਰੇਲੇ ਨੂੰ ਆਪਾਂ ਇਸ ਤਰੀਕੇ ਨਾਲ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤਾਂ ਕਿ ਕਰੇਲੇ ਜਿਹੜੇ ਹਨ ਆਪਣੇ ਨੀਚੇ ਨਾਲ ਲੱਗ ਜਾਣ। ਇਸ ਤਰੀਕੇ ਨਾਲ ਆਪਾਂ ਕੜਾਹੀ ਵਿੱਚ ਇਹਨਾਂ ਨੂੰ ਸੈੱਟ ਕਰ ਦੇਵਾਂਗੇ ਅਤੇ ਫਲੇਮ ਨੂੰ ਇੱਥੇ ਆਪਾਂ ਮੀਡੀਅਮ ਟੂ ਲੋ ਰੱਖਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਰੇਲਿਆਂ ਦਾ ਕਲਰ ਜਿਹੜਾ ਹੈ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ। ਹਾਲੇ ਆਪਾਂ ਹਲਕਾ ਜਿਹਾ ਇਹਨਾਂ ਨੂੰ ਹੋਰ ਫਰਾਈ ਕਰ ਲਵਾਂਗੇ ਤਾਂ ਕਿ ਕਰੇਲੇ ਜਿਹੜੇ ਹਨ ਬਿਲਕੁਲ ਵੀ ਕੜਵੇ ਨਾ ਰਹਿਣ। ਹੁਣ ਮੈਂ ਕਰੇਲਿਆਂ ਨੂੰ ਇਸ ਤਰੀਕੇ ਨਾਲ ਵਿੱਚ ਵਿੱਚ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਨਾਲ ਫਰਾਈ ਕਰ ਲਿਆ ਹੈ। ਕਰੇਲਿਆਂ ਦਾ ਕਲਰ ਜਿਹੜਾ ਹੈ ਲਾਈਟ ਜਾਂ ਗੋਲਡਨ ਹੋ ਗਿਆ ਹੈ। ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਕਰੇਲਿਆਂ ਨੂੰ ਮੈਂ ਇਸ ਤਰੀਕੇ ਨਾਲ ਕੜਾਹੀ ਦੀ ਸਾਈਡ 'ਤੇ ਕਰਤਾ ਹੈ ਤਾਂ ਕਿ ਐਕਸਟਰਾ ਤੇਲ ਜਿਹੜਾ ਹੈ ਸਾਈਡ 'ਤੇ ਹੋ ਜਾਵੇ। ਹੁਣ ਇਹ ਫਰਾਈ ਕੀਤੇ ਹੋਏ ਕਰੇਲੇ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਰੱਖ ਲਵਾਂਗੇ। ਹੁਣ ਮੈਂ ਸਾਰੇ ਕਰੇਲੇ ਕੜਾਹੀ ਵਿੱਚੋਂ ਕੱਢ ਕੇ ਪਲੇਟ ਵਿੱਚ ਰੱਖ ਲਏ ਹਨ ਅਤੇ ਜ਼ਰੂਰਤ ਪੈਣ 'ਤੇ ਆਪਾਂ ਇਹਦੇ ਵਿੱਚ ਹੋਰ ਤੇਲ ਪਾ ਸਕਦੇ ਹਾਂ, ਪਰ ਤੇਲ ਆਪਣੇ ਕੋਲ ਬਿਲਕੁਲ ਸਹੀ ਹੈ। ਅਤੇ ਹੁਣ ਆਪਾਂ ਗੈਸ ਦੀ ਫਲੇਮ ਔਨ ਕਰ ਦਿੱਤੀ ਹੈ ਅਤੇ ਇਸ ਤਰੀਕੇ ਨਾਲ ਮੈਂ 4 ਪਿਆਜ਼ ਲੈ ਕੇ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ। ਇਹਨਾਂ ਦੀਆਂ ਆਪਾਂ ਪਰਤਾਂ ਉਤਾਰ ਕੇ ਅਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ। ਤੁਸੀਂ ਚਾਹੋ ਤਾਂ ਪਿਆਜ਼ ਇਹ ਲੰਬੇ ਲੰਬੇ ਪਤਲੇ ਵੀ ਕੱਟ ਸਕਦੇ ਹੋ, ਪਰ ਇਸ ਤਰੀਕੇ ਨਾਲ ਕੱਟੇ ਗਏ ਪਿਆਜ਼ ਨਾਲ ਸਬਜ਼ੀ ਜ਼ਰਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਇਹ ਪਿਆਜ਼ ਆਪਾਂ ਮੀਡੀਅਮ ਫਲੇਮ 'ਤੇ ਹਲਕੇ ਜਿਹੇ ਬਸ ਇਸ ਤਰੀਕੇ ਨਾਲ ਫਰਾਈ ਕਰਨੇ ਹਨ, ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨੇ ਕਿਉਂਕਿ ਇਸ ਸਬਜ਼ੀ ਵਿੱਚ ਪਿਆਜ਼ ਜਿਹੜੇ ਹਨ ਇਸੇ ਤਰ੍ਹਾਂ ਦੇ ਹੀ ਵਧੀਆ ਲੱਗਦੇ ਹਨ। ਤੁਸੀਂ ਦੇਖ ਸਕਦੇ ਹੋ ਪਿਆਜ਼ ਦਾ ਕਲਰ ਹਲਕਾ ਜਿਹਾ ਚੇਂਜ ਹੋ ਗਿਆ ਹੈ, ਹਲਕਾ ਜਿਹਾ ਗੁਲਾਬੀ ਰੰਗ ਪਿਆਜ਼ ਦਾ ਆ ਗਿਆ ਹੈ ਅਤੇ ਇਹਦੇ ਵਿੱਚ ਆਪਾਂ 2-3 ਹਰੀਆਂ ਮਿਰਚਾਂ ਇਸ ਤਰੀਕੇ ਨਾਲ ਲੰਬੀਆਂ ਕੱਟ ਕੇ ਪਾ ਦੇਵਾਂਗੇ। ਹਰੀਆਂ ਮਿਰਚਾਂ ਪਾ ਕੇ ਬਸ ਹਲਕਾ ਜਿਹਾ ਭੁੰਨਾਂਗੇ।
ਹੁਣ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਵਾਂਗੇ। ਚਮੇ ਦਾ ਚੌਥਾ ਹਿੱਸਾ ਇਹਦੇ ਵਿੱਚ ਹਲਦੀ ਪਾ ਦੇਵਾਂਗੇ। ਚਮੇ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚ ਦਾ ਪਾਊਡਰ। ਚਮੇ ਦਾ ਚੌਥਾ ਹਿੱਸਾ ਪਾਵਾਂਗੇ ਧਨੀਆ ਪਾਊਡਰ। ਅਤੇ ਚਮੇ ਦਾ ਚੌਥਾ ਹਿੱਸਾ ਪਾਵਾਂਗੇ ਗਰਮ ਮਸਾਲਾ। ਅਤੇ ਮਸਾਲੇ ਪਾ ਕੇ ਪਿਆਜ਼ ਨਾਲ ਇੱਕ ਵਾਰੀ ਹਲਕਾ ਜਿਹਾ ਮਿਕਸ ਕਰ ਦੇਵਾਂਗੇ। ਅਤੇ ਹੁਣ ਫਰਾਈ ਕੀਤੇ ਹੋਏ ਕਰੇਲੇ ਵੀ ਪਿਆਜ਼ ਦੇ ਵਿੱਚ ਪਾ ਦੇਵਾਂਗੇ। ਫਲੇਮ ਨੂੰ ਆਪਾਂ ਮੀਡੀਅਮ ਰੱਖਾਂਗੇ। ਅਤੇ ਕਰੇਲੇ ਪਾ ਕੇ ਆਪਾਂ 2-3 ਮਿੰਟ ਇਸ ਤਰੀਕੇ ਨਾਲ ਭੁੰਨ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਦੋਨੋਂ ਚੀਜ਼ਾਂ ਮਿਕਸ ਹੋ ਜਾਣ। ਅੱਧਾ ਚਮਚ ਇਹਦੇ ਵਿੱਚ ਆਮਚੂਰ ਦਾ ਪਾਊਡਰ ਪਾਵਾਂਗੇ ਜਾਂ ਫਿਰ ਤੁਸੀਂ ਕੁੱਟਿਆ ਹੋਇਆ ਅਨਾਰਦਾਣਾ ਵੀ ਇੱਥੇ ਪਾ ਸਕਦੇ ਹੋ। ਸਬਜ਼ੀ ਵਿੱਚ ਆਮਚੂਰ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦੇ ਨਾਲ ਸਬਜ਼ੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਕਰੇਲੇ ਜਿਹੜੇ ਹਨ ਉਹ ਅਨਾਰਦਾਣੇ ਨਾਲ ਜਾਂ ਆਮਚੂਰ ਪਾਉਣ ਨਾਲ ਹੀ ਸਵਾਦ ਬਣਦੇ ਹਨ। ਹੁਣ ਸਬਜ਼ੀ ਨੂੰ ਢੱਕ ਕੇ ਲੋਅ ਫਲੇਮ ਦੇ ਉੱਪਰ 3-4 ਮਿੰਟ ਵਾਸਤੇ ਪਕਾ ਲਵਾਂਗੇ ਤਾਂ ਕਿ ਜਿਹੜੇ ਮਸਾਲਿਆਂ ਦੇ ਫਲੇਵਰ ਹਨ ਸਾਰੇ ਚੰਗੀ ਤਰ੍ਹਾਂ ਸਬਜ਼ੀ ਦੇ ਅੰਦਰ ਆ ਜਾਣ। ਸਬਜ਼ੀ ਨੂੰ ਹੁਣ ਮੈਂ 3-4 ਮਿੰਟ ਲੋਅ ਫਲੇਮ 'ਤੇ ਪਕਾਇਆ ਹੈ। ਤੁਸੀਂ ਦੇਖ ਸਕਦੇ ਹੋ ਸਬਜ਼ੀ ਨੇ ਹਲਕਾ ਜਿਹਾ ਤੇਲ ਵੀ ਛੱਡ ਦਿੱਤਾ ਹੈ। ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਇਆ ਹੈ, ਸਬਜ਼ੀ ਆਪਣੀ ਬਹੁਤ ਹੀ ਵਧੀਆ ਮਸਾਲੇਦਾਰ ਅਤੇ ਚਟਪਟੀ ਬਣ ਕੇ ਤਿਆਰ ਹੋਈ ਹੈ। ਹਲਕਾ ਜਿਹਾ ਬਰੀ ਕੱਟ ਕੇ ਹਰਾ ਧਨੀਆ ਪਾ ਦੇਵਾਂਗੇ। ਹਰਿਆ ਧਨੀਆ ਪਾਉਣ ਨਾਲ ਸਬਜ਼ੀ ਦੀ ਲੁੱਕ ਵੱਧ ਜਾਂਦੀ ਹੈ, ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ। ਹੁਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਗਰਮਾ ਗਰਮ ਚਟਪਟੀ ਚਟਾਕੀ ਦਾ ਕਰੇਲੇ ਪਿਆਜ਼ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਤੈਨੂੰ ਆਪਾਂ ਗਰਮਾ ਗਰਮ ਪਲੇਟ ਵਿੱਚ ਸਰਵ ਕਰਾਂਗੇ। ਤੁਸੀਂ ਸਬਜ਼ੀ ਨੂੰ ਰੋਟੀ ਪਰਾਂਠੇ ਨਾਲ ਇੰਜੋਏ ਕਰ ਸਕਦੇ ਹੋ, ਤੁਸੀਂ ਸਬਜ਼ੀ ਨੂੰ ਸਫ਼ਰ ਵਿੱਚ ਵੀ ਲੈ ਕੇ ਜਾ ਸਕਦੇ ਹੋ, ਸਬਜ਼ੀ ਬਿਲਕੁਲ ਖਰਾਬ ਨਹੀਂ ਹੁੰਦੀ। ਅਤੇ ਇਹ ਸਬਜ਼ੀ ਨਾਲ ਕੋਈ ਵੀ ਰਾਇਤਾ ਹੋਏਗਾ ਤੁਹਾਨੂੰ ਖਾਣਾ ਖਾਣ ਦਾ ਮਜ਼ਾ ਆ ਜਾਏਗਾ। ਤੁਸੀਂ ਵੀ ਮੇਰੇ ਤਰੀਕੇ ਨਾਲ ਇਸ ਸਬਜ਼ੀ ਦੀ ਰੈਸਪੀ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡੀ ਕਰੇਲੇ ਪਿਆਜ਼ ਦੀ ਸਬਜ਼ੀ ਕਿਸ ਤਰ੍ਹਾਂ ਬਣੀ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।